जी सत श्रीकाल राम तुम सारू सलाम ना इस टाइम असं है रैडिंग अज चलें साउथहोल गभरू ने यूके बाई ने कोई प्रोग्राम रखे तो चलते हैं फिर देखते हैं स्टूडेंट इकट्ठ प्रोग्राम है अच्छ चलते हैं भाई देखियो बने रहो एंड तक एक ड्रिंक ले ली मैं ड्रिंक पीने चलेंगे सफर से भाई उरे दे स्टेशन देख लो स्टेशन भी एयरपोर्ट वर्गे ने स्टेशन दे विच बह गए हैं तो ट्रेन चलूगी थोड़ी देर च फिर पहुँचा साउथ होल जद भी जाना ना सफर के पिछे यह जे चवा के तो नहीं हटते अलग लहू पीता गए असी साउथ होल अब जो पंजाबी देखते ना लिखी हुई आ तो बड़ा मान महसूस होता चलते हैं फिर गुरुद्वारे देखते हैं की प्रोग्राम है ਅਸੀਂ ਪਹੁੰਚ ਗਏ ਹਾਂ ਸਾਊਥ ਹੋਲ ਤੇ ਇਕੱਠ ਹੋ ਰੱਖਿਆ ਗੱਭਰੂ ਨੂੰ ਯੂਕੇ ਬਾਈ ਖੜਾ ਤਾਂ ਦੇਖਦੇ ਹਾਂ ਕਿ ਪ੍ਰੋਗਰਾਮ ਹੈ ਕੀ ਕਹਿੰਦੇ ਨੇ ਬਾਈ ਨੇ ਇੱਕ ਵੀਡੀਓ ਪਾਈ ਸੀ ਗੂਗਲ ਮੈਪ ਨਹੀਂ ਵਰਤਨੇ ਆਉਂਦੇ ਯਾਰ ਆਪਣੇ ਲੋਕ ਚੈਟ ਜੀਪੀਟੀ ਤਾਂ ਬਹੁਤ ਦੂਰ ਦੀ ਗੱਲ ਹੈ ਗੂਗਲ ਮੈਪ ਨਹੀਂ ਵਰਤਨੇ ਆਉਂਦੇ ਜਦੋਂ ਪਿੰਡਾਂ ਤੋਂ ਅਸੀਂ ਆਉਂਦੇ ਹਾਂ मालिक को 100 सीवी आ 100 सीवी ए तो है नहीं कि उन्होंने मुलाजम 10 रखने हैं तो सीवी तो अंदाजा लाने ना इंटरव्यू का अगला स्टेप है कई सीवी इन्ने सोहने होंगे इन्ने वधिया प्रजेंट किए होंगे कि उन्होंने इंटरव्यू कंडक्ट ही नहीं करते कैंडीडेट और अपन वो मानसिकता के संगल तोड़ के खुद ही उठता ना तो बहुत वड्डी शुरुआत होंगी है एक थोनों नवा माइंडसैट मिलता भाई मैंटल हैल्थ में लैके बहुत इशूज होंगे असं मैंटल हैल्थ एक्सपर्ट बई जो बहुत वधिया काम कर रहे हैं लैस्टर तो अपने गुरिकबाल बई वो बुलाए थे वो बई नाल 15 मिनट गल कर लो कि थोड़ा नज़रिया जिंदगी लैके बदल जूगा सारी पावर इतने लाए करती है सारी पावर इतने अज का युग जोर का नहीं रह गया अज का युग दबाव का रह गया जे कोई बंदा चार बोल प्यार दे बोलता बहुत वड्डी गल अपने लिए बगानी धरती दे उत्ते कोई ओपरा बंदा अपना पंजाबी जे कोई चार बोल प्यार दे बोलता उन्ना ही शुकराना क्योंकि आपां एक्सपैक्ट वध कर लैंदे आ साडी भी कमी हुंदी है भाई एक्सपैक्टेशन थोड़ियां घट करिए क्योंकि बलैत आ इत्थे लोग सकियां नूं नहीं रखदे सो ओपरे बंदे तों उम्मीद तां बहुत दूर दी गल है हाँ कोई बंदा राह चलदा थोनूं सत श्री अकाल वाहिगुरू कह के लंघदा चार बोल प्यार दे बोलदा कि कोई गल नहीं पुत कामयाब होवोंगे बहुत वड्डी गल है साडी ऑलरेडी जॉबां ऑक्यूपाइड हैगियां ने ਤੁਸੀਂ ਜਿਹੜੇ ਤਾਂ ਹੈਗੇ ਆ ਬਾਈ ਡਿਪੈਂਡੈਂਟ ਉਹਨਾਂ ਕੋਲੇ ਫੁੱਲ ਟਾਈਮ ਰਾਈਟ ਟੂ ਵਰਕ ਹੁੰਦੇ ਆ ਹੁਣ ਕੱਲ੍ਹ ਕਈਆਂ ਨੂੰ ਪਤਾ ਹੁਣ ਅਸੀਂ ਮਹਾਰਾਜ ਰਣਜੀਤ ਸਿੰਘ ਜੀ ਦੇ ਬੇਟੇ ਦੀ ਦਲੀਪ ਸਿੰਘ ਜੀ ਦਰਗਾਹ 'ਤੇ ਗਏ ਸੀ ਉੱਥੇ ਐਲੀਵੇਟਨ ਚਰਚ ਬਾਈ ਅਵਤਾਰ ਸਿੰਘ ਖੰਡੇ ਹੋਰਾਂ ਨਾਲ ਸੋ ਅਸੀਂ 2 ਘੰਟੇ ਟਰੈਵਲ ਕਰਕੇ ਗਏ ਹਾਂ ਇੱਥੋਂ ਜਿੰਨੇ ਵੀ ਛੋਟੇ ਮੋਟੇ ਟਾਊਨ ਅਸੀਂ ਉੱਥੇ ਦੇਖੇ ਆ ਉਹਨਾਂ ਸਾਰਿਆਂ ਦੇ ਵਿੱਚ ਜੌਬਾਂ ਦੀਆਂ ਅਸਾਮੀਆਂ ਖਾਲੀ ਦੇਖੀਆਂ ਸੀ ਅਤੇ ਉਹ ਟਾਊਨ ਜਿਹੜਾ ਸੀਗਾ ਥੈਟਫੋਰ ਟਾਊਨ ਉਹ ਸਾਰਾ ਟਾਊਨ ਗੋਰਿਆਂ ਦਾ ਸਾਰਾ ਟਾਊਨ ਗੋਰਿਆਂ ਦਾ ਉੱਥੇ ਡੋਮੀਨੋਜ਼ ਦੇ ਵਿੱਚ ਇੱਕ ਪੰਜਾਬੀ ਕਪਲ ਲੱਗਿਆ ਹੋਇਆ ਪੰਜਾਬੀ ਕਪਲ ਉੱਥੇ ਕੰਮ ਕਰਦਾ ਇੰਨੀ ਦੂਰੋਂ ਉੱਥੇ ਗਏ ਆ ਉਹ ਯੂਨੀਵਰਸਿਟੀ ਮੈਨੇਜ ਕਰ ਲੈਂਦੇ ਆਪਣੇ ਚਾਹੇ ਜੇ ਕੁੜੀ ਯੂਨੀਵਰਸਿਟੀ ਜਾਂਦੀ ਵੀ ਆ ਚਾਹੇ 3 ਦਿਨ 4 ਦਿਨ ਜਾਂਦੀ ਆ ਮੁੰਡਾ ਫੁੱਲ ਟਾਈਮ ਕੰਮ ਕਰ ਰਿਹਾ ਨਾ ਵੀ ਜੇ ਬਹੁਤ ਜਾਣੇ ਮੈਨੂੰ ਪੁੱਛਦੇ ਆ ਕਿ ਸਾਡੇ ਮਾਲਕ ਨੇ ਆਏ ਇਦਾਂ ਕੀਤਾ ਉਹ ਕੀਤਾ ਕਿ ਬਾਈ ਕੋਈ ਲੀਗਲ ਐਕਸ਼ਨ ਲੈ ਸਕਦੇ ਆ ਨਹੀਂ ਲੈ ਸਕਦੇ ਬਾਈ ਕਿਉਂਕਿ ਤੁਹਾਡਾ ਉਹ ਜਿਹੜਾ ਸਟਰਕਚਰ ਆ ਤੁਸੀਂ ਰੈਂਟਰ ਕੀਤਾ ਜਦੋਂ ਹਾਊਸ ਜਾਂ ਉਹ ਲੀਗਲੀ ਨਹੀਂ ਹੈਗਾ ਉਹਨੂੰ ਭੁੱਲ ਜਾਓ ਉੱਥੇ ਸਮਾਜਿਕ ਕਾਨੂੰਨ ਜੋ ਸਾਡੀ ਕਮਿਊਨਿਟੀ ਦੇ ਵਿੱਚ ਜੋ ਸ਼ਰਮ ਹਯਾ ਉਹਨਾਂ ਨੂੰ ਹੁੰਦੀ ਆ ਜਦੋਂ ਜਦੋਂ ਬਾਈ ਹੁਰੀ ਜਾਣਗੇ ਤੁਹਾਡੇ ਪੱਧਰ ਤੇ ਗੱਲ ਕਰਨਗੇ ਤੁਹਾਡੇ ਵੱਲੋਂ ਰਿਪ੍ਰੈਜ਼ੈਂਟ ਕਰਨਗੇ ਤੁਹਾਨੂੰ ਤਾਂ ਉਹ ਬੰਦਾ ਨਮੋਸ਼ੀ ਮੰਨੂਗਾ ਕਿ ਮੇਰੀ ਚਾਰ ਬੰਦਿਆਂ 'ਚ ਬਦਨਾਮੀ ਹੋਊਗੀ ਗੁਰੂ ਘਰ 'ਚ ਮੇਰੀ ਗੱਲ ਜਾਊਗੀ ਮੈਂ ਇੱਥੇ ਰਹਿਣਾ ਮੈਂ ਨਾ ਕਰਾਂ
ਕੋਈ ਤੁਹਾਨੂੰ ਪੋਸਟਰ ਵੀ ਭੇਜਾਂਗੇ, ਉੱਦਾਂ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਿਹਾ ਕਰਾਂਗੇ। ਇਹ ਬਾਈ ਉਹਨਾਂ ਨਾਲ ਟੱਚ ਸਾਰਿਆਂ ਨਾਲ ਰਹਾਂਗੇ ਆਪਾਂ, ਇੱਦਾਂ ਨਹੀਂ ਕਿਹਾ ਤੁਸੀਂ ਸਾਡੇ ਭੈਣ ਭਰਾ, ਆਪਾਂ ਸਾਰੇ ਉੱਥੋਂ ਆਏ ਹਾਂ, ਅਸੀਂ ਵੀ ਇਸੇ ਦੌਰ 'ਚੋਂ ਨਿਕਲੇ ਹਾਂ। ਜਦੋਂ ਹਰੇਕ ਬੰਦਾ ਸੈੱਟ ਹੋ ਸਕਦਾ, ਕਿਸੇ ਤਰ੍ਹਾਂ ਦੀ ਕੋਈ ਕਮੀ, ਅਸੀਂ ਕਿਹੜਾ ਰੱਬ ਦੇ ਮਾਂਹ ਮਾਰੇ ਆ ਵੀ ਸਾਤੋਂ ਆਹ ਨਹੀਂ ਹੋਣਾ ਉਹ ਨਹੀਂ ਹੋਣਾ। ਹਰੇਕ ਬੰਦਾ ਸਫਲ ਹੋਣ ਲਈ ਆਇਆ ਅਤੇ ਸਫਲ ਹੁੰਦਾ ਵੀ ਆ, ਇਹ 'ਚ ਕੋਈ ਸ਼ੱਕ ਨਹੀਂ ਗਾ ਵੀ ਬੰਦਾ ਕੋਈ ਸਫਲ ਨਹੀਂ ਹੁੰਦਾ। ਕੋਈ ਮੁੜ ਜਾਂਦਾ, ਜਿਹੜੇ ਹੱਡ ਹਰਾਮੀ ਵਾਲਾ ਸਿਸਟਮ ਲਾ ਲਓ ਵੀ ਨਹੀਂ ਗੱਲਬਾਤ ਬਣਦੀ ਜਾਂ ਨਹੀਂ ਐਫਰਟ ਕਰਦਾ, ਜਿਹੜਾ ਬੰਦਾ ਮਿਹਨਤ ਕਰੂਗਾ ਉਹ ਸਫਲ ਹੋਊਗਾ ਹੀ ਹੋਊਗਾ, ਇਹ 'ਚ ਕੋਈ ਦੋ ਰਹਿ ਨਹੀਂ ਗੀ। 073-83-55-00-67 ਮੈਨੂੰ ਵਟਸਐਪ 'ਤੇ ਆਪਦਾ ਨਾਂ ਭੇਜ ਦਿਓ, ਅਤੇ ਮੇਰਾ ਰਵੀ ਧਾਲੀਵਾਲ ਆ, ਅਤੇ ਮੈਨੂੰ ਨਾਂ ਭੇਜ ਦਿਓ ਅਤੇ ਮੈਂ ਤੁਹਾਨੂੰ ਜੋ ਵੀ ਪੋਸਟਰ ਆ ਜਾਂ ਕੋਈ ਅਪਡੇਟ ਹੋਊਗੀ ਤੁਹਾਨੂੰ ਭੇਜੂੰਗਾ। ਜੇ ਕੋਈ ਨਜਾਇਜ਼ ਤੰਗ ਨਾ ਕਰਿਓ ਯਾਰ ਫੋਨ ਕਰਕੇ, ਜਿਹੜੇ ਗੁੱਡ ਮਾਰਨਿੰਗ ਅਤੇ ਆ ਫੁੱਲਾਂ ਫਲਾਂ ਵਾਲਾ ਕੰਮ ਇਹ ਨਾ ਰੱਖਿਓ, ਅਤੇ ਬਾਕੀ ਤਾਂ ਠੀਕ ਆ, ਕੰਮ ਦੀ ਗੱਲ ਹੋਵੇ ਤਾਂ ਉਹ ਬੰਦਾ ਸੁਣ ਲੈਂਦਾ ਨਾ, ਨਹੀਂ ਤਾਂ ਕਈ ਵਾਰੀ ਆਪਾਂ ਇੱਦਾਂ ਹੁੰਦਾ ਮੈਂ ਫੋਨ ਭਰਿਆ ਹੀ ਰਹਿੰਦਾ ਵਾ, ਬੰਦਾ ਕਹਿੰਦਾ ਯਾਰ ਗੁੱਡ ਮਾਰਨਿੰਗ ਹੀ ਆਈ, ਹੈਲੋ ਹਾਏ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਉਹ ਨਾਲ ਸਵਾਲ ਲਿਖ ਕੇ ਭੇਜੋ, ਕੰਮ ਦੀ ਗੱਲ ਆ ਉਹ ਹੀ, ਜਿਨ੍ਹਾਂ ਦਾ ਕਿਤੇ ਨਹੀਂ ਬਣਿਆ ਉਹ ਕਹਿੰਦੇ ਇੰਗਲੈਂਡ ਆ ਜਾਈਏ। ਇਸ ਵੇਲੇ ਮੌਜੂਦਾ ਹਾਲਾਤਾਂ ਦੇ ਵਿੱਚ ਜੇ ਕੋਈ ਗ੍ਰੈਜੂਏਸ਼ਨ ਲਈ ਟਰਾਈ ਕਰ ਰਿਹਾ ਤਾਂ ਉਹ ਆਪਦੇ ਘੋੜੇ ਰੋਕ ਕੇ ਰੱਖੇ ਆ ਜੀ, ਠਰਮਾ ਰੱਖੇ ਉਹ, ਜਦੋਂ ਤੱਕ ਮਾਮਲਾ ਹੱਲ ਨਹੀਂ ਹੁੰਦਾ, ਕਿਸੇ ਬੰਨੇ ਨਹੀਂ ਲੱਗਦਾ, ਆਪਦੇ ਘੋੜੇ ਠੋਕ ਕੇ ਰੱਖੇ, ਆਪਦਾ ਐਕਸਪੀਰੀਅੰਸ ਲਵੇ ਜਾਂ ਆਪਣੀ ਗ੍ਰੈਜੂਏਸ਼ਨ ਵਧੀਆ ਤਰੀਕੇ ਨਾਲ ਪੂਰੀ ਕਰੇ, ਅਤੇ ਜਾਂ ਫਿਰ ਜੇ ਉਹਨੂੰ ਕੋਈ ਵਰਕ ਪਰਮਿਟ ਮਿਲਦਾ ਸਿੱਧਾ, ਕਿਉਂਕਿ ਹੁਣ ਇਹ ਗੱਲ ਹੋ ਗਈ ਆ 61-45 ਜਿਹੜੀ ਕੈਟੇਗਰੀ ਬੰਦ ਕਰਨੀ ਸੀ ਉਹ ਖੁੱਲ੍ਹੀ ਆ, ਰਿਵਾਈਜ਼ ਹੋ ਗਈ ਆ, ਉਹਦੇ ਤਹਿਤ ਕੋਈ ਮੈਡੀਕਲ ਬੈਕਗਰਾਊਂਡ ਦੀ ਲੋੜ ਨਹੀਂ, ਕੇਅਰ ਦੇ ਕਰਨ ਦੇ ਲਈ ਤੁਸੀਂ ਸਿੱਧਾ ਪੰਜਾਬ ਤੋਂ ਆ ਸਕਦੇ ਹੋ। ਜੇ ਕੋਈ ਉਹ ਮਿਲਦਾ ਉਹ ਲੈ ਲਵੇ, ਜੇ ਕੋਈ ਹੋਰ ਕਿਸੇ ਕੰਪਨੀ 'ਚ ਵਰਕ ਮਿਲਦਾ ਉਹ ਲੈ ਲਵੇ, ਕਿਉਂਕਿ ਜੇ ਯੂਨੀਵਰਸਿਟੀ ਨੇ ਤੁਹਾਡਾ ਇੰਟਰਵਿਊ ਲਿਆ, ਤੁਹਾਡੀ ਆਈਐਲਟੀਐਸ ਦੀ ਤੁਹਾਡੇ ਕੋਲ ਬੈਂਡ ਪਏ ਆ, ਤੁਸੀਂ ਸਿਰਾ 9 ਬੈਂਡ ਦੀ ਤਾਂ ਉਹਨੇ ਅਸਾਈਨਮੈਂਟ ਬਣਾਤੀ, ਸ਼ੱਕ ਹੋਊਗਾ? ਇੱਦਾਂ ਨਾ ਕਰੋ, ਮੰਗਾ ਕੇ ਪੜ੍ਹੋ। ਉਹਨੇ ਇੱਕ ਸਟੈਪ ਫਰਦਰ ਗਲਤੀ ਕੀਤੀ, ਆਪ ਨਹੀਂ ਜਮ੍ਹਾਂ ਕਰਾਈ, ਇੰਨੇ ਵਿਹਲੜ ਨਾ ਹੋਵੋ ਯਾਰ, ਆਪਣੀ ਜ਼ਿੰਮੇਵਾਰੀ ਖੁਦ ਚੱਕੋ। ਜਿਸ ਤੋਂ ਬਣਵਾਈ ਸੀ ਪਾਕਿਸਤਾਨ ਦੇ ਵਿੱਚ ਬੈਠਾ ਕੋਈ ਬੰਦਾ, ਉਹ ਤੋਂ ਹੀ ਸਬਮਿਟ ਕਰਾਤੀ ਪੋਰਟਲ 'ਤੇ, ਠੀਕ ਹੈ? ਅਤੇ ਫਿਰ ਮੈਨੂੰ ਇਹ ਗੱਲ ਦੱਸੀ ਨਹੀਂ ਉਹਨੇ, ਮੈਨੂੰ ਕਹਿੰਦਾ ਯੂਨੀਵਰਸਿਟੀ ਵਿਤਕਰਾ ਕਰਦੀ ਆ, ਪ੍ਰੋਫੈਸਰ ਗਾਲਾਂ ਕੱਢਦਾ, ਇਹ ਉਹ, ਤੁਸੀਂ ਇੰਡੀਅਨ ਜੇਬ ਉਹ ਫਲਾਣਾ ਪੰਜਾਬੀ ਇੱਦਾਂ ਇੱਦਾਂ ਕਰਕੇ। ਮੈਂ ਕਿਹਾ ਡੰਡੇ ਖਾਣ ਵਾਲਾ ਕੰਮ ਹੈ ਇਹਦਾ, ਜੇ ਸਾਡੀ ਪਛਾਣ 'ਤੇ ਹਮਲਾ ਹੁੰਦਾ ਵੀ ਮੈਂ ਪਰਸਨਲੀ ਆਉਂਦਾ, ਮੈਂ ਕਿਹਾ ਮੈਂ ਦੇਖ ਕਿਹੜਾ ਇਹ, ਮੈਂ ਕਿਹਾ ਲੀਗਲੀ ਚੱਲਾਂਗੇ ਨਹੀਂ ਫਿਰ ਪੰਜਾਬੀ ਵਾਲਾ ਕੰਮ ਕਰ ਲਾਂਗੇ। ਹੁਣ ਆਏ ਸਵਾਲ ਬਾਈ, ਸਪੋਂਸਰਸ਼ਿਪ ਦਾ ਕਹਿੰਦੇ ਵੀ ਮਈ ਸਪੋਂਸਰ, ਵੀ ਤੁਸੀਂ ਕਿੱਥੇ ਪੜਿਆ ਸੀਗਾ, ਕੋਰਸ ਕੀ ਆ ਤੁਹਾਡੀ ਜਾਣਕਾਰੀ, ਉਹਨਾਂ ਨੇ ਕਿੱਥੋਂ ਜਲਦੀ ਕਰਾ ਲਓ, ਕਿਵੇਂ ਵਕੀਲ ਕਰਵਾਉਂਦੇ ਆ ਸਪੋਂਸਰਸ਼ਿਪ, ਉਹ ਜਿਨ੍ਹਾਂ ਨੂੰ ਪੁੱਛਿਆ ਉਹ ਕਰਵਾਉਂਦੇ ਆ, ਉਹ ਹੁੰਦਾ ਨਹੀਂ ਕਿ ਉਹ ਰੇਡੀ ਵਾਲਾ ਕਹਿੰਦਾ ਵੀ ਇਹੀ ਰਹਿ ਗਏ ਛੇਤੀ ਵਿਕ ਜਾਣੇ ਆ, ਲਾਇਆ 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 ਅੱਜ ਹੀ ਆ, ਇਹ ਚੀਜ਼ ਆ। ਤਾਂ ਬਈ ਇਕੱਠ ਵਿੱਚ ਖੜ੍ਹੇ ਹਾਂ, ਇੱਕ ਡੇਢ ਘੰਟਾ ਅਸੀਂ ਖੜ੍ਹੇ ਰਹੇ, ਅਤੇ ਮੈਂ ਸੋਚਿਆ ਪਹਿਲਾਂ ਗੁਰਦੁਆਰੇ ਮੱਥਾ ਟੇਕ ਲਈਏ, ਅਤੇ ਥੋੜ੍ਹੀ ਦੇਰ 'ਚ ਸਾਈਨਸ ਵੀ ਅਸੀਂ ਕਰਤੇ ਨੇ, ਮੰਗਾਂ ਜਿਹੜੀ ਸੀਗੀਆਂ ਆਪਣੀ ਲਿਖਤੀਆਂ, ਬਾਕੀ ਚੱਲਦੇ ਹਾਂ ਹੁਣ ਗੁਰਦੁਆਰੇ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ, ਲੰਗਰ ਛਕਦੇ ਹਾਂ। ਅਤੇ ਹੁਣ ਦਰਬਾਰ ਸਾਹਿਬ ਮੱਥਾ ਟੇਕ ਕੇ ਲੰਗਰ ਛੱਕ ਕੇ ਹੁਣ ਚੱਲੇ ਹਾਂ ਘਰ ਨੂੰ ਵਾਪਸ, ਗੱਭਰੂ ਜੁੱਕੇ ਬਾਈ ਨੂੰ ਮਿਲੇ ਸੀਗੇ ਜਾਂਦੇ ਹੋਏ, ਬਾਕੀ ਟਾਈਮ ਜ਼ਿਆਦਾ ਹੋ ਗਿਆ ਨਹੀਂ, ਹਾਲੇ ਗੱਭਰੂ ਜੁੱਕੇ ਬਾਈ ਨਾਲ ਖੜ੍ਹ ਜਾਂਦੇ ਥੋੜ੍ਹੀ ਦੇਰ ਹੋਰ, ਕਿਉਂਕਿ 7:45 ਹੋ ਗਏ ਨੇ ਅਤੇ ਆਪਾਂ ਜਾਣਾ ਵੀ ਰੈਡਿੰਗ ਆ, ਰੈਡਿੰਗ ਤੋਂ ਆਇਆ ਥੋੜ੍ਹਾ ਦੂਰ ਰਹਿੰਦਾ ਆਪਾਂ ਨੂੰ, ਅਤੇ ਅੱਜ ਗੱਭਰੂ ਜੁੱਕੇ ਬਾਈ ਨੂੰ ਮਿਲਣਾ ਸੀਗਾ, ਮਿਲ ਲਈਏ ਅਤੇ ਚੱਲਦੇ ਹਾਂ ਫਿਰ, ਬਣੇ ਰਹੋ ਵੀਡੀਓ ਅੰਤ ਤੱਕ। ਤਾਂ ਬਾਈ ਹੁਣ ਅਸੀਂ ਸਾਊਥ ਵੈਸਟ ਸਟੇਸ਼ਨ 'ਤੇ ਖੜ੍ਹੇ ਹਾਂ ਅਤੇ ਵਾਪਸ ਚੱਲੇ ਹਾਂ ਰੈਡਿੰਗ ਨੂੰ, ਟ੍ਰੇਨ ਦੀ ਵੇਟ ਕਰਨੇ ਆ, 5-10 ਮਿੰਟ ਵਿੱਚ ਟ੍ਰੇਨ ਨਹੀਂ ਆ ਜਾਣਾ, ਅਤੇ ਬਸ ਸਟੇਸ਼ਨ 'ਤੇ ਖੜ੍ਹੇ ਹਾਂ ਅਤੇ ਚੱਲਦੇ ਹਾਂ ਵਾਪਸ। ਤਾਂ ਬਾਈ ਹੁਣ ਅਸੀਂ ਆ ਗਏ ਘਰੇ ਆਪਣੇ ਰੂਮ ਦੇ ਵਿੱਚ। ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਮੇਨ ਮਕਸਦ ਇਹ ਸੀ ਕਿ ਸਟੂਡੈਂਟਾਂ ਨੂੰ 40 ਘੰਟੇ ਰਾਈਡ ਦਿੱਤਾ ਜਾਵੇ, ਜਿਵੇਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਾਂ ਨੂੰ 40 ਘੰਟੇ ਰਾਈਡ ਹੈ, ਅਤੇ ਅੱਜ ਗੱਭਰੂ ਜੁੱਕੇ ਬਾਈ ਨੂੰ ਮਿਲੇ, ਵਧੀਆ ਗੱਲਬਾਤ ਕੀਤੀਆਂ, ਅਤੇ ਹੁਣ 28 ਤਰੀਕ ਨੂੰ ਯੂਕੇ ਦੀ ਜਿਹੜੀ ਪਾਰਲੀਮੈਂਟ ਹੈ ਉੱਥੇ ਅਸੀਂ ਜਾਵਾਂਗੇ,
ਤੇ ਉੱਥੇ ਉਹਨਾਂ ਨੂੰ ਜਿਹੜਾ ਸਾਡੇ ਸਾਈਨ ਹੋਏ ਨੇ ਸਾਰੇ ਸਟੂਡੈਂਟਾਂ ਦੇ ਜਿਹੜੇ ਉੱਥੇ ਮੌਜੂਦ ਸੀਗੇ ਅਤੇ ਉਹਨਾਂ ਨੂੰ ਲੈਟਰ ਦੇਵਾਂਗੇ ਕਿ ਸਟੂਡੈਂਟਾਂ ਨੂੰ ਜਿਹੜਾ ਵਰਕ ਰਾਈਟ ਹੈ ਉਹ 40 ਘੰਟੇ ਕੀਤਾ ਜਾਵੇ। ਅੱਜ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਮੇਨ ਮਕਸਦ ਇਹੀ ਸੀ ਕਿ 40 ਘੰਟੇ ਰਾਈਡ ਕੀਤਾ ਜਾਵੇ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ ਉੱਥੇ ਕਿਆ ਗੱਲਾਂ ਬਾਤਾਂ ਹੋਈਆਂ, ਉੱਥੇ ਕਿਵੇਂ ਦਾ ਮਾਹੌਲ ਸੀਗਾ। ਅਤੇ ਹੁਣ 28 ਤਰੀਕ ਨੂੰ ਫਿਰ ਮਿਲਾਂਗੇ ਗੱਭਰੂ ਨੂੰ, UK ਬਾਈ ਨੂੰ, ਅਤੇ ਤੁਹਾਡੀ ਗੱਲ ਕਰਾਵਾਂਗੇ ਉਹਨਾਂ ਦੇ ਨਾਲ। ਅਤੇ ਜੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ। ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਚੈਨਲ ਨੂੰ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ। ਚੰਗਾ ਬਾਈ, ਮਿਲਦੇ ਹਾਂ ਫਿਰ ਅਗਲੀ ਵਾਰੀ।